ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜਾ ਕਾਂਗਰਸ ਪਾਰਟੀ ਵੱਲੇ ਪਰਚਾ ਦਰਜ ਹੋਇਆ ਸੀ ਨਸ਼ਿਆਂ ਦਾ ਮਸਲਾ ਉਹਦੇ ਵਿੱਚ ਜਿਹੜੀ ਬਣਾਈ ਗਈ ਐਸਆਈਟੀ ਸੀ ਉਸ ਐਸਆਈਟੀ ਦਾ ਮੁਖੀ ਬਦਲ ਦਿੱਤਾ ਹੈ ਪਹਿਲਾਂ ਇਸ ਐਸਆਈਟੀ ਦੀ ਜਿਹੜਾ ਮੁਖੀ ਸੀ ਜਾਂਚ ਕਰ ਰਿਹਾ ਸੀ ਡਰੱਗ ਮਸਲੇ ਦੇ ਵਿੱਚ ਉਹ ਸਨ ਆਈਪੀਐਸ ਅਫੀਸਰ ਡੀਆਈਜੀ ਰੈਂਕ ਦੇ ਸਨ ਐਸ ਰਾਹੁਲ ਹੁਣ ਐਸ ਰਾਹੁਲ ਨੂੰ ਹਟਾ ਕੇ ਪਟਿਆਲਾ ਰੇਂਜ ਦੇ ਆਈਜੀ ਮੋਖਵਿੰਦਰ ਸਿੰਘ ਸ਼ੀਨਾ ਨੂੰ ਹੁਣਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫੈਸਲਾ ਲਿਆ ਗਿਆ ਕਿ ਇਸ ਮਸਲੇ ਦੀ ਹੁਣ ਜਿਹੜੀ ਜਾਂਚ ਆ ਉਹ ਡੀਆਈਜੀ ਆਫੀਸਰ ਐਸ ਰਾਹੁਲ ਨਹੀਂ ਬਲਕਿ ਪਟਿਆਲਾ ਰੇਂਜ ਦੇ ਇੰਸਪੈਕਟਰ ਜਨਰਲ ਆਫ ਪੁਲਿਸ ਮੋਖਵਿੰਦਰ ਸਿੰਘ ਸ਼ੀਨਾ ਕਰਨਗੇ। ਜਿਹੜਾ ਕਾਂਗਰਸ ਸਰਕਾਰ ਵੇਲੇ ਖਾਸ ਕਰਕੇ ਜਦੋਂ ਮੁੱਖ ਮੰਤਰੀ ਚਰਨ ਸਿੰਘ ਚੰਨੀ ਸਨ 111 ਦਿਨਾਂ ਵਾਸਤੇ ਉਦੋਂ ਕਾਂਗਰਸ ਸਰਕਾਰ ਨੇ 2012 2021 ਨੂੰ ਅੰਡਰ ਸੈਕਸ਼ਨ 25 27 ए 29 ਤਹਿਤ ਮਕਦਮਾ ਦਰਜ ਕੀਤਾ ਗਿਆ ਸੀ ਮਹਾਲੀ ਦੇ ਸਾਈਬਰ ਪੁਲਿਸ ਸਟੇਸ਼ਨ ਦੇ ਵਿੱਚ ਮਕਦਮਾ ਨੰਬਰ 2 ਸੀ ਉਹਦੇ ਚੱਲਦਿਆਂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਵੀ ਹੋਈ ਸੀ ਬਾਅਦ ਚ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਫਿਰ ਹਾਈ ਕੋਰਟ ਵੱਲੋਂ ਜਿਹੜਾ ਉਹਨਾਂ ਨੂੰ ਜ਼ਮਾਨਤ ਦਿੱਤੀ ਗਈ ਸੀ ਉਸ ਜ਼ਮਾਨਤ ਦੇ ਵਿੱਚ ਅਜਿਹੀਆਂ ਟਿੱਪਣੀਆਂ ਆਈਆਂ ਸੀ ਉਸ ਟਿੱਪਣੀਆਂ ਨੂੰ ਲੈ ਕੇ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਔਰ ਖਾਸ ਕਰਕੇ ਵਿਕਰਮ ਸਿੰਘ ਮਜੀਠੀਆ ਆਪਣੇ ਆਪ ਨੂੰ ਚੜ੍ਹਦੀ ਕਲਾ ਦੇ ਵਿੱਚ ਮਹਿਸੂਸ ਕਰਨ ਲੱਗ ਪਏ ਸਨ ਜਿਸ ਹੱਬ ਦੇ ਵਿੱਚ ਕੋਰਟ ਵੱਲੋਂ ਜ਼ਮਾਨਤ ਦਿੱਤੀ ਗਈ ਤੇ ਜ਼ਮਾਨਤ ਦੇ ਵਿੱਚ ਅਜਿਹੀਆਂ ਟਿੱਪਣੀਆਂ ਸਨ ਜਿਨ੍ਹਾਂ ਟਿੱਪਣੀਆਂ ਦੇ ਨਾਲ ਕਾਲੀ ਦਲ ਨੂੰ ਲੱਗਾ ਕਿ ਵਾਕਈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਪਰਚਾ ਦਰਜ ਗਲਤ ਹੋਇਆ ਸੀ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਅਕਸਰ ਇਹ ਕਹਿੰਦੇ ਆ ਰਹੇ ਨੇ ਲੇਕਿਨ ਹੁਣ ਇਸ ਮਸਲੇ 'ਚ ਨਵੀਂ ਡਿਵੈਲਪਮੈਂਟ ਇਹ ਹੋਈ ਆ ਕਿਉਂਕਿ ਹੁਣ ਜਿਹੜੇ ਮੈਂਬਰ ਬਣਾਏਗੇ ਸੀ ਐਸ ਆਈ ਟੀ ਦੇ ਜਿਹਦੇ ਦੇ ਵਿੱਚ ਪਹਿਲਾਂ ਡੀ ਆਈ ਜੀ ਰਾਹੁਲ ਐਸ ਜੋ ਆਈ ਪੀ ਐਸ ਆਫੀਸਰ ਨੇ ਉਹਨਾਂ ਦੇ ਨਾਲ ਹਰਵਿੰਦਰ ਸਿੰਘ ਵਿਰਕ ਏ ਆਈ ਜੀ ਸੀ ਰঞ্জੀਤ ਸਿੰਘ ਢਿੱਲੋ ਆਈ ਪੀ ਐਸ ਆਫੀਸਰ ਡੀ ਆਈ ਜੀ ਫਰੋਜ਼ਪੁਰ ਇਹ ਰਗਵੀਰ ਸਿੰਘ ਡੀ ਐਸ ਪੀ ਕਨੌਰ ਨਰਿੰਦਰ ਸਿੰਘ ਡੀ ਐਸ ਪੀ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ ਤੇ ਅਮਰਪ੍ਰੀਤ ਸਿੰਘ ਡੀ ਐਸ ਪੀ ਡੇਰਾ ਬੱਸੀ ਜਾਂਚ ਕਰੇ ਸਨ ਹੁਣ ਰਾਹੁਲ ਐਸ ਦੀ ਜਗ੍ਹਾ ਪਟਿਆਲਾ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਸ਼ੀਨਾ ਇਸ ਐਸਆਈਟੀ ਦੇ ਮੁਖੀ ਹੋਣਗੇ ਬਾਕੀ ਜਿਹੜੇ ਮੈਂਬਰ ਨੇ ਜਿਦੇ ਚ ਹਰਵਿੰਦਰ ਸਿੰਘ ਵਿਰਖ ਰঞ্জੀਤ ਸਿੰਘ ਢਿੱਲੋਂ ਰਗਵੀਰ ਸਿੰਘ ਨਰਿੰਦਰ ਸਿੰਘ ਅਤੇ ਅਮਰਪੀਰ ਸਿੰਘ ਬਾਕੀ ਮੈਂਬਰ ਉਹੀ ਰਹਿਣਗੇ ਸਿਰਫ ਐਸਆਈਟੀ ਦੀ ਮੁਖੀ ਬਦਲੇ ਗਏ ਨੇ ਪਹਿਲਾਂ ਰਾਹੁਲ ਐਸਨ ਹੁਣ ਮੁਖਵਿੰਦਰ ਸਿੰਘ ਸ਼ੀਨਾ ਨੇ ਇਹ ਜਿਹੜਾ ਮਕਦਮਾ ਵਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਕੀਤਾ ਗਿਆ ਸੀ ਸਰਕਾਰ ਨੇ ਇਸ ਮਸਲੇ ਦੇ ਵਿੱਚ ਆਰਡਰ ਜਾਰੀ ਕੀਤੇ ਨੇ ਔਰ ਇਸ ਜਿਹੜੇ ਆਰਡਰ ਜਾਰੀ ਕੀਤੇ ਗਏ ਨੇ ਉਹਦਾ ਟਾਈਟਲ ਵੀ ਇਹ ਲਿਖਿਆ ਹੋਇਆ ਸਰਕਾਰ ਵੱਲੋਂ ਜਿਹੜਾ ਆਰਡਰ ਪਾਸ ਕੀਤੇ ਗਏ ਨੇ ਮਜੀਠੀਆ ਡਰਗ ਕੇਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਰੀਕਨਸਟੀਟਿਊਟਡ ਐਮ ਐ ਸੀਨਾ ਆਈ ਪੀ ਐਸ ਆਈ ਜੀ ਪਟਿਆਲਾ 2 ਦਾ ਹੈਡ ਦਾ ਐਸ ਆਈ ਟੀ ਇਹ ਉਹਨਾਂ ਨੇ ਜਿਹੜੀ ਚਿੱਠੀ ਕੱਢੀ ਆ ਗਈ ਹੈ ਜਿਹੜੀ ਸਾਰੇ ਸਬੰਧਤ ਅਧਿਕਾਰੀਆਂ ਨੂੰ ਪਹੁੰਚ ਚੁੱਕੀ ਆ ਗਈ ਹੈ ਕਿ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਡਰੱਗ ਕੇਸ ਇਨਵੋਲਵਮੈਂਟ ਜਿਹਦੇ ਚ ਬਿਕਰਮ ਸਿੰਘ ਮਜੀਠੀਆ ਦਾ ਨਾਮ ਦੱਸਿਆ ਜਾਂਦਾ ਉਸ ਮਸਲੇ ਦੇ ਵਿੱਚ ਹੁਣ ਐਸ ਰਾਹੁਲ ਐਸ ਦੀ ਜਗ੍ਹਾ ਐਮ ਐਸ ਸ਼ੀਨਾ ਐਸ ਆਈ ਟੀ ਦੇ ਮੁਖੀ ਹੋਣਗੇ ਕਿਉਂਕਿ ਇਹ ਰਾਹੁਲ ਐਸ ਦੀ ਬਤੌਰ ਹੁਣ ਜਿਹੜੀ ਨੁਕਤੀ ਆ ਉਹ ਪੰਜਾਬ ਵਿਜੀਲੈਂਸ ਬਿਊਰੋ ਦੇ ਵਿੱਚ ਡਾਇਰੈਕਟਰ ਹੋ ਚੁੱਕੀ ਆ ਤੇ ਸਰਕਾਰ ਇਹ ਕਹਿ ਰਹੀ ਆ ਕਿ ਰਾਹੁਲ ਐਸ ਜੋ ਡੀ ਆਈ ਜ਼ੀ ਰੈਂਕ ਦੇ ਅਧਿਕਾਰੀ ਨੇ ਉਹ ਪੰਜਾਬ ਵਿਜੀਲੈਂਸ ਬਿਊਰੋ ਵਿੱਚ ਕਹੇ ਅਜਿਹੇ ਅਹਿਮ ਭ੍ਰਿਸ਼ਟਾਚਾਰ ਦੇ ਮਸਲਿਆਂ ਦੇ ਵਿੱਚ ਕੇਸਾਂ ਦੀ ਨਿਗਰਾਨੀ ਕਰੇ ਨੇ ਇਸ ਕਰਕੇ ਸਰਕਾਰ ਨੇ ਫੈਸਲਾ ਕੀਤਾ ਹੈਗਾ ਕਿ ਇਹ ਜਿਹੜੀ ਕਮੇਟੀ ਆ ਜਿਹੜੀ ਵਿਕਰਮ ਸਿੰਘ ਮਜੀਠੀਆ ਦੀ ਡਰੱਗ ਇਨਵੋਲਵਮੈਂਟ ਹੈ ਜਾਂ ਨਹੀਂ ਹੈ ਉਸ ਸੰਬੰਧ ਵਿੱਚ ਜਿਹੜੀ ਬਣਾਈ ਗਈ ਐਸਆਈਟੀ ਆ ਉਹਦੀ ਹੁਣ ਜਿਹੜੀ ਜਾਂਚ ਰਾਹੁਲ ਐਸ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਕੋਲ ਪਹਿਲਾਂ ਹੀ ਕਾਫੀ ਇੰਪੋਰਟੈਂਟ ਮਹੱਤਵਪੂਰਨ ਡਾਕ ਕੰਮ ਆ ਖਾਸ ਕਰਕੇ ਭ੍ਰਿਸ਼ਟਾਚਾਰ ਦੇ ਮਸਲੇ ਦੇ ਵਿੱਚ ਇਸ ਕਰਕੇ ਉਹਨਾਂ ਦੀ ਜਗ੍ਹਾ ਹੁਣ ਮਖਵਿੰਦਰ ਸਿੰਘ ਸ਼ੀਨਾ ਹੁਣਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਜਿਹੜੇ ਆਰਡਰ 2 ਪੇਜ ਦੇ ਜਾਰੀ ਕੀਤੇ ਗਏ ਨੇ ਸਰਕਾਰ ਵੱਲੋਂ ਜਿਹੜੇ ਸਰਕਾਰ ਦੇ ਵਿਭਾਗ ਤੇ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਵੱਲੋਂ ਜਾਰੀ ਕੀਤੇ ਗਏ ਨੇ ਜਿਹੜਾ ਸਬਜੈਕਟ ਲਿਖਿਆ ਗਿਆ ਇਨਵੈਸਟੀਗੇਸ਼ਨ ਆਫ ਕੇਸ ਐਫ ਆਰ ਨੰਬਰ 2 ਡੇਟਡ 20 ਦਸੰਬਰ 2021 ਅੰਡਰ ਸੈਕਸ਼ਨ 25 27 ए 29 ਐਨ ਡੀ ਪੀ ਐਸ ਐਕਟ ਪੰਜਾਬ ਪੁਲਿਸ ਸਟੇਸ਼ਨ ਸਟੇਟ ਕ੍ਰਾਈਮ ਮਹਾਲੀ ਇਹਦੇ ਚ ਇਹ ਜਿਹੜਾ ਜ਼ਿਕਰ ਕੀਤਾ ਗਿਆ ਕਿ ਹੁਣ ਜਿਹੜਾ ਲੈਟਰ ਨੰਬਰ ਜਾਰੀ ਕੀਤਾ ਗਿਆ ਕਿ ਇਸ ਮਸਲੇ ਦੇ ਵਿੱਚ ਹੁਣ ਮਕਵਿੰਦਰ ਸਿੰਘ ਸ਼ੀਨਾ ਹੁਣੀ ਪਟਿਆਲਾ ਰੇਂਜ ਜਿਹੜਾ ਆਈਜੀ ਨੇ ਉਹ ਮੁਖੀ ਹੋਣਗੇ ਬਾਕੀ ਜਿਹੜੇ ਮੈਂਬਰ ਨੇ ਉਹ ਸੇਮ ਰਹਿਣਗੇ ਉਹੀ ਪੁਰਾਣੇ ਮੈਂਬਰ ਹੋਣਗੇ ਹੁਣ ਇਸ ਮਸਲੇ ਚ ਕਿਉਂਕਿ ਕਾਫੀ ਵਿਕਰਮ ਸਿੰਘ ਮਜੀਠੀਆ ਜੋ ਸ਼ਰੂਪਨੀ ਕਾਲੀਦਲ ਦੇ ਸੀਨੀਅਰ ਨੇਤਾ ਨੇ ਪੰਜਾਬ ਦੇ ਸਾਬਕਾ ਵਜ਼ੀਰ ਨੇ ਉਹ ਲਗਾਤਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਅਜਿਹੀਆਂ ਟਿੱਪਣੀਆਂ ਕਰਦੇ ਆ ਰਹੇ ਨੇ ਜਿਨ੍ਹਾਂ ਟਿੱਪਣੀਆਂ ਨੂੰ ਲੈ ਕੇ ਸ਼ਾਇਦ ਆਮ ਆਦਮੀ ਪਾਰਟੀ ਨੂੰ ਉਹ ਟਿੱਪਣੀਆਂ ਪਚ ਨਹੀਂ ਰਹੀਆਂ ਆਈਆਂ ਜਿਸ ਹੱਬ ਦੇ ਨਾਲ ਬਹੁਤ ਸਾਰੇ ਮਸਲਿਆਂ ਦੇ ਵਿੱਚ ਪੰਜਾਬ ਦੇ ਜਿਹੜੇ ਲੀਡਰ ਨੇ ਉਹ ਅਜਿਹੀਆਂ ਟਿੱਪਣੀਆਂ ਇੱਕ ਦੂਜੇ ਦੇ ਖਿਲਾਫ ਕਰ ਰਹੇ ਨੇ ਜਿਹੜੀਆਂ ਨਿੱਜੀ ਨੇ ਤੇ ਜਦੋਂ ਨਿੱਜੀ ਟਿੱਪਣੀਆਂ ਹੁੰਦੀਆਂ ਨੇ ਤੇ ਲਾਜ਼ਮੀ ਤੌਰ ਤੇ ਉਹ ਕਾਫੀ ਪੀੜ ਦਾਇਕ ਹੁੰਦੀਆਂ ਨੇ ਦਰਦਨਾਇਕ ਹੁੰਦੀਆਂ ਨੇ ਤੇ ਸ਼ਾਇਦ ਹੁਣ ਦੇਖਦੇ ਆ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਜੋ ਕੁਝ ਚੱਲ ਰਿਹਾ ਉਹਦੇ ਮੱਦੇਨਜ਼ਰ ਹੂੰ ਜਿਹੜੀ ਐਸਆਈਟੀ ਦੇ ਜਿਹੜੇ ਮੁਖੀ ਬਦਲੇ ਗਏ ਨੇ ਇਹ ਜਾਂਚ ਕਦੋਂ ਤੱਕ ਕੰਪਲੀਟ ਹੁੰਦੀ ਆ ਕਦੋਂ ਮੁਕੰਮਲ ਰੂਪ ਵਿੱਚ ਰਿਪੋਰਟ ਸਰਕਾਰ ਕੋਲ ਪਹੁੰਚ ਜਾਊਗੀ ਨਾਲ ਦੀ ਨਾਲ ਸਵਾਲ ਇਹ ਵੀ ਆ ਕਿ ਜਿਹੜੀਆਂ ਤਿੰਨ ਡਰੱਗ ਰਿਪੋਰਟਾਂ ਖੁੱਲੀਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਏ.ਆਈ.ਜੀ. ਰਾਜੀਤ ਸਿੰਘ ਹੁਣਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਲੇਕਿਨ ਹਲੇ ਤੱਕ ਪੰਜਾਬ ਪੁਲਿਸ ਉਸ ਰਾਜੀਤ ਹੁਣਾਂ ਨੂੰ ਫੜ ਨਹੀਂ ਸਕੀ ਹੈਗੀ ਹਾਲਾਂਕਿ ਪੰਜਾਬ ਪੁਲਿਸ ਵੱਡੇ ਵੱਡੇ ਕ੍ਰਿਮੀਨਲ ਲੋਕਾਂ ਨੂੰ ਫੜ ਲੈਂਦੀ ਹੈ ਲੇਕਿਨ ਜਦੋਂ ਉਹਨਾਂ ਦੇ ਆਪਣੇ ਕੋਈ ਅਫਸਰ ਹੋਣ ਉਹਨਾਂ ਨੂੰ ਫੜਨਾ ਪੰਜਾਬ ਪੁਲਿਸ ਵਾਸਤੇ ਔਖਾ ਹੋ ਜਾਂਦਾ ਹੈਗਾ ਐਲ.ਓ.ਸੀ ਵੀ ਜਾਰੀ ਕੀਤਾ ਹੈ ਖਸ਼ਾਹਦਖਾਨਾ ਪੂਰਤੀ ਵਾਸਤੇ ਪਰ ਹੋਸਾ ਐਸ.ਆਈ. ਐਸ.ਟੀ. ਫਿਫ ਨੇ ਵੀ ਪਗੋੜਾ اقرار ਕਰਵਾਉਣ ਵਾਸਤੇ ਕਾਰਵਾਈ ਸ਼ੁਰੂ ਕੀਤੀ ਹੋਈ ਲੇਕਿਨ ਗ੍ਰਿਫਤਾਰੀ ਹਲੇ ਤੱਕ ਰਾਜੀਤ ਦੀ ਨਹੀਂ ਹੋਈ ਚੌਥੀ ਜਿਹੜੀ ਰਿਪੋਰਟ ਆ ਹਾਈ ਕੋਰਟ ਚ ਜਿਹੜੀ ਖੁੱਲਣੀ ਬਾਕੀ ਆ ਉਹਦੇ ਚ ਵੀ ਸ਼ਾਇਦ ਵੱਡੇ ਖੁਲਾਸੇ ਹੋਣ ਲੇਕਿਨ ਫਿਲਹਾਲ ਜਿਹੜੀ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਆ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਵਿਕਰਮ ਸਿੰਘ ਮਜੀਠੀਆ ਦੀ ਡਰਗ ਇਨਵੋਲਵਮੈਂਟ ਹੈ ਜਾਂ ਨਹੀਂ ਹੈ ਇਹ ਕਮੇਟੀ ਨੇ ਡਿਸਾਈਡ ਕਰਨਾ ਹੈ ਜਦੋਂ ਜਾਂਚ ਸਿਰੇ ਨਿਕ ਕੋਈ ਨਤੀਜਾ ਨਿਕਲ ਗਿਆ ਲੇਕਿਨ ਉਸ ਐਸਆਈਟੀ ਜਿਹੜੀ ਬਣਾਈ ਗਈ ਸੀ ਉਦਾਹਨ ਮੁਖੀ ਰਾਹੁਲ ਐਸ ਨੂੰ ਬਦਲ ਕੇ ਪਟਿਆਲਾ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਸ਼ੀਨਾ ਹੁਣਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਦੇਖਦੇ ਆਂ ਕਦ ਤੱਕ ਮੁੱਖ ਮੰਤਰੀ ਭਗਵੰਤ ਮਾਨ ਤੱਕ ਇਹ ਜਿਹੜੀ ਕਮੇਟੀ ਬਣਾਈ ਗਈ ਆ ਉਹਦੀ ਰਿਪੋਰਟ ਪਹੁੰਚੇਗੀ ਤੇ ਫਿਰ ਪਤਾ ਲੱਗੇਗਾ ਕਿ ਅਸਲੀ ਸੱਚ ਕੀ ਆ ਤੇ ਝੂਠ ਕੀ ਆ ਜਾਂ ਜਿਹੜਾ ਫਿਰ 20 ਦਸੰਬਰ 2021 ਨੂੰ ਵਿਕਰਮ ਸਿੰਘ ਮਜੀਠੀਆ ਖਿਲਾਫ ਅੰਡਰ ਸੈਕਸ਼ਨ 25 27 ए 29 ਤੇ ਐਨ ਡੀ ਪੀ ਐਸ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਉਹਦੇ ਪਿੱਛੇ ਵਾਕਏ ਕੀ ਕੋਈ ਕਹਾਣੀ ਸੀ ਜਾਂ ਕੁਝ ਹੋਰ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸੇ ਤਰ੍ਹਾਂ ਬਣੇ ਰਹੋ ABC ਪੰਜਾਬ ਨਾਲ ਤੁਹਾਡਾ ਧੰਨਵਾਦ